ਲਾਹੌਰ ਦੀ ਮਾਲ ਰੋਡ ਦੇ ਲਾਗੇ ਅਨਾਰਕਲੀ ਬਾਜ਼ਾਰ ਅਤੇ ਨੀਲਾ ਗੁੰਬਦ ਚੌਂਕ ਦੀ ਇੰਟਰਸੈਕਸ਼ਨ 'ਤੇ ਇੱਕ ਬੇਕਰੀ ਹੈ ਜਿਹਦਾ ਕਨੈਕਸ਼ਨ 19ਵੀਂ ਸਦੀ ਦੀ ਇੰਗਲਿਸ਼ ਪੇਂਟਰ ਲੇਡੀ ਹੈਰਿਸਨ ਦੀ ਉਂਗਲਾਂ ਨਾਲ ਹੈ। 142 ਸਾਲ ਪੁਰਾਣੀ ਇਹ ਬੇਕਰੀ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਬੇਕਰੀ ਹੈ ਅਤੇ ਅੱਜ ਦੀ ਲਾਹੌਰ ਡਾਇਰੀ 'ਚ ਅਸੀਂ ਆਏ ਹਾਂ ਲੇਡੀ ਹੈਰਿਸਨ ਦੀ ਉਂਗਲਾਂ ਦੀ ਕਹਾਣੀ ਸੁਣਨ ਮੁਹਕਮੁਦੀਨ ਐਂਡ ਸੰਸ 'ਤੇ। ਅਤੇ ਇਹ ਲੇਡੀ ਹੈਰਿਸਨ ਵੀ ਜਿਹੜੀ ਸੀ ਇਹ ਆਪਣਾ ਗੋਲਫ ਖੇਲ ਕੇ ਆਉਂਦੀ ਸੀ, ਵਰਜਿਸ ਪਹਿਨੀ ਹੁੰਦੀ ਸੀ ਇਹਨੇ ਅਤੇ ਘੋੜੇ 'ਤੇ ਆਉਂਦੀ ਸੀ ਅਤੇ ਇਹਨੇ ਆ ਕੇ ਅਤੇ ਸਾਡੇ ਦਾਦਾ ਜੀ ਕੋਲ ਕੌਫੀ ਪੀਣੀ ਅਤੇ ਉਹਨਾਂ ਨੇ ਬੜੀ ਤਾਰੀਫ ਕਰਨੀ ਕਿ ਮੈਡਮ ਤੁਹਾਡੀਆਂ ਉਂਗਲਾਂ ਬੜੀਆਂ ਖੂਬਸੂਰਤ ਨੇ ਅਤੇ ਉਹਨੇ ਇੱਕ ਦਿਨ ਹੱਸਦੇ ਹੋਏ ਕਿਹਾ ਕਿ ਸ਼ਾਹ ਜੀ ਤੁਸੀਂ ਇਹਨਾਂ ਨੂੰ ਕਾਪੀ ਕਰੋ ਅਤੇ ਉਹਨਾਂ ਨੇ ਕਾਪੀ ਕੀਤਾ, ਉਹ ਬੜੀ ਖੁਸ਼ ਹੋਈ ਅਤੇ ਉਹ ਹਾਲੇ ਤੱਕਰ ਅਸੀਂ ਉਹ ਲੇਡੀ ਹੈਰਿਸਨ ਦੀਆਂ ਉਂਗਲਾਂ ਦੇ ਨਾਮ ਨਾਲ ਹੀ ਜਾਣਦੇ ਅਤੇ ਜਿਹੜੇ ਸੀਨੀਅਰ ਸਿਟੀਜ਼ਨ ਸਾਡੇ ਆਉਂਦੇ ਨੇ ਅਤੇ ਉਹਨਾਂ ਨੇ ਫਰਮਾਉਣਾ ਕਿ ਸ਼ਾਹ ਜੀ ਲੇਡੀ ਹੈਰਿਸਨ ਦੀਆਂ ਉਂਗਲਾਂ ਲਿਆਓ। ਮੇਰਾ ਨਾਂ ਜੀ ਮੁਕਮ ਨਕਵੀ ਹੈ ਅਤੇ ਮੈਂ ਸੀਗਾ ਮੁਕਮ ਦੀਨ ਸ਼ਾਹ ਸਾਹਿਬ ਦਾ ਪੋਤਾ ਅਤੇ ਪਿਛਲੇ ਤਕਰੀਬਨ 35 ਸਾਲ ਤੋਂ ਮੈਂ ਸਰਵ ਕਰ ਰਿਹਾ ਇਸ ਅਦਾਰੇ ਨੂੰ। ਉੱਥੇ ਜਲੰਧਰ 'ਚ ਸਾਡਾ ਟਾਊਨਸ਼ਿਪ ਕੋਆ ਅਤੇ ਨਾਲ ਸਾਡਾ ਇਹ ਸੀ ਚਾਏ ਦੇ ਜਿਹੜੇ ਠੇਕੇ ਸੀ ਮੇਰੇ ਦਾਦਾ ਕੋਲ ਅਤੇ ਜਿਸ ਵੇਲੇ ਮੇਰੇ ਦਾਦਾ ਜੀ ਨੇ ਤਾਲੀਮ ਮੁਕੰਮਲ ਕੀਤੀ ਅਤੇ ਉਹਨਾਂ ਨੇ ਸੋਚਿਆ ਕਿ ਕੋਈ ਕੀ ਕਾਰੋਬਾਰ ਕਰਵਾਈਏ ਜਾਂ ਕੋਈ ਨੌਕਰੀ ਕਰਵਾਈਏ ਅਤੇ ਜਿਹੜੇ ਅੰਗਰੇਜ਼ ਸਨ ਉਹਨਾਂ ਨੇ ਮਸ਼ਵਰਾ ਦਿੱਤਾ ਕਿ ਜੀ ਤੁਸੀਂ ਇਹਨਾਂ ਨੂੰ ਬੇਕਰੀ 'ਚ ਕੇ ਇੱਕ ਨਿਊਲੀ ਇੰਟਰੋਡਿਊਸ ਹੋਏਗੀ ਇਹ ਕਰਵਾਓ ਲੇਡੀ ਐਚ ਸਨ। ਉਹ ਮੈਂਟੋਰ ਸਨ, ਉਹ ਮਿਹਰਬਾਨ ਸਨ, ਉਹਨਾਂ ਨੇ ਮੇਰੇ ਦਾਦਾ ਜੀ ਨੂੰ ਆਪਣੇ ਕਿਚਨ 'ਚ ਸਪੈਸ਼ਲੀ ਸਾਰਾ ਕੁਛ ਸਿਖਾਇਆ। ਯਕਮ ਜਨਵਰੀ 1889 ਨੂੰ ਮੇਰੇ ਦਾਦਾ ਜੀ ਨੇ ਇਹਦਾ ਇਫਤਤਾਹ ਕਰਵਾਇਆ ਸੀ। ਉਹਨਾਂ ਨੇ ਆਪਣੇ ਲਾਹੌਰੀਆਂ ਨੂੰ ਇਹ ਚਸਕਾ ਲਵਾਇਆ ਬੇਕਰੀ ਦਾ, ਉਹਨਾਂ ਨੇ ਫ੍ਰੀ ਆਫ ਕੋਸਟ ਉਹਨਾਂ ਨੂੰ ਖਵਾਉਣਾ ਔਰ ਪੁੱਛਣਾ ਜੀ ਦੱਸੋ ਇਹਦਾ ਟੇਸਟ ਕੈਸਾ ਹੈ। ਫਿੰਗਰ ਬਿਸਕਿਟ ਹੋਣ ਜਾਂ ਫਿਰ ਇਸ ਬੇਕਰੀ ਦਾ ਮਸ਼ਹੂਰ ਚੈਰੀ ਪਲਮ ਕੇਕ, ਇਹਨਾਂ ਸਪੈਸ਼ਲਟੀਜ਼ ਦੀ ਰੈਸਪੀਆਂ ਸੀਕਰੇਟ ਨੇ ਅਤੇ ਸ਼ੁਰੂ ਤੋਂ ਹੀ ਇਹਨਾਂ 'ਚ ਕੋਈ ਤਬਦੀਲੀ ਨਹੀਂ ਹੋਈ। ਲੇਕਿਨ ਫਿਰ ਸਵਾਲ ਇਹ ਵੇ ਕਿ ਟ੍ਰੈਡੀਸ਼ਨ ਨਾਲ ਇਸ ਗਹਿਰੇ ਰਿਸ਼ਤੇ ਦਾ ਇਨੋਵੇਸ਼ਨ 'ਤੇ ਕੀ ਅਸਰ ਪੈਂਦਾ? ਸਾਡੇ ਵੱਡੇ ਕਹਿੰਦੇ ਸਨ ਕਿ ਇਹ ਬੇਕਰੀ ਨਹੀਂ ਹੈ, ਬੇਕਰਾਰੀ ਹੈ, ਰੇਸ਼ੋ ਪ੍ਰਪੋਰਸ਼ਨ ਦਾ ਖੇਲ ਹੈ, ਚੁਟਕੀ ਜ਼ਿਆਦਾ, ਚੁਟਕੀ ਕੰਮ ਅਤੇ ਕੰਮ ਖਰਾਬ। ਅੱਜ ਦੀਆਂ ਚੀਜ਼ਾਂ ਨੂੰ ਵੀ ਅਡੈਪਟ ਕੀਤਾ, ਨੋ ਡਾਊਟ ਅਸੀਂ ਕੀਤਾ, ਮਗਰ ਕੋਸ਼ਿਸ਼ ਸਾਡੀ ਹੁੰਦੀ ਕਿ ਅਸੀਂ ਉਹ ਹੀ ਜਿਹੜਾ ਸਾਡੇ ਵੱਡੇ ਸਨ, ਮਤਲਬ ਸਾਡੇ ਜਿਹੜੇ ਫਰੈਸ਼ ਕਰੀਮ ਕੇਕਸ ਨੇ ਜਿਹਨੇ ਅਸੀਂ ਕੇਕ ਮੰਨਦੇ ਹੀ ਨਹੀਂ। ਹੁਣ ਮਤਲਬ ਇੱਕ ਡੈਥ ਬਾਏ ਚੋਕਲੇਟ ਹੈ, ਤੁਸੀਂ ਦੇਖੋ ਖਾਣ ਪੀਣ ਦੀ ਚੀਜ਼ ਦੇ ਨਾਲ ਤਖੀਅਲ ਆ ਜਾਏ ਡੈਥ ਦਾ ਤਾਂ ਬੰਦਾ ਖਾ ਨਹੀਂ ਸਕਦਾ, ਲੋਕ ਖਾ ਰਹੇ, ਠੀਕ ਟ੍ਰੈਂਡ ਚੇਂਜ ਹੋ ਗਿਆ, ਮਗਰ ਅਸੀਂ ਉਸ ਤੌਰ 'ਚ ਜੀ ਰਹੇ। ਤੁਸੀਂ ਦੇਖੋ ਕਿ ਬਾਕੀ ਅਸੀਂ ਚੀਜ਼ਾਂ ਨਹੀਂ ਇੱਥੇ ਰੱਖੀਆਂ ਹੋਈਆਂ, ਤੁਸੀਂ ਅੱਜ ਵੀ ਬਰਤਾਨੀਆ ਜਾਓ ਅਤੇ ਬੇਕਰੀ ਤੁਹਾਨੂੰ ਬਿਲਕੁਲ ਲੈਣ ਜੀ ਸਿੰਪਲ ਮਿਲੇਗੀ ਔਰ ਉਹਦੇ 'ਚ ਬੇਕਰੀ ਦੀਆਂ ਰਿਲੇਟਿਡ ਆਈਟਮ ਹੋਣਗੇ। ਲਾਹੌਰ ਨੂੰ ਕਿਸੇ ਜ਼ਮਾਨੇ 'ਚ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਸੀ ਅਤੇ ਜੇ ਹੁਣ ਇਹਨੂੰ ਬੇਕਰੀਆਂ ਦਾ ਸ਼ਹਿਰ ਕਹੀਏ ਤਾਂ ਗੱਲ ਗਲਤ ਨਹੀਂ ਹੋਏਗੀ। ਇੱਥੇ ਹਰ ਗਲੀ ਦੇ ਨੁੱਕਰ 'ਤੇ ਕਿਸੇ ਨਾ ਕਿਸੇ ਬੇਕਰੀ ਦੀ ਕੋਈ ਨਾ ਕੋਈ ਬ੍ਰਾਂਚ ਮੌਜੂਦ ਹੈ ਅਤੇ ਇਹੋ ਜਿਹੇ ਮਾਡਰਨ ਜ਼ਮਾਨੇ ਵਿੱਚ 142 ਸਾਲ ਪੁਰਾਣੀ 2.25 ਮਰਲੇ ਦੀ ਇਹ ਬੇਕਰੀ ਕਿਵੇਂ ਸਰਵਾਈਵ ਕਰੇਗੀ? ਅਸਲ 'ਚ ਅਲੀ ਸਾਹਿਬ ਸਾਡੀ ਜਿਹੜੀ ਕਲਾਇੰਟਲ ਉਹ ਬੜੀ ਕਮਿਟਿਡ ਹੈ, ਉਹ ਇਹ ਕਹਿੰਦੇ ਨੇ ਕਿ ਜੀ ਸਾਨੂੰ ਉਹ ਹੀ ਮਾਹੌਲ ਚਾਹੀਦਾ ਜਿਹੜਾ ਤੁਹਾਡਾ, ਅਸੀਂ ਆਪਣੇ ਪੜਦਾਦਾ ਨਾਲ ਆ ਰਹੇ ਸੀ, ਨਾਨਾ ਨਾਲ ਆ ਰਹੇ ਸੀ ਅਤੇ ਉਹ ਅਨਕੋਨਸ਼ੀਅਸਲੀ ਕਹਿ ਲਓ ਕਿ ਇਸ ਮਾਹੌਲ 'ਚ ਅਸੀਂ ਬੜੇ ਕੰਫਰਟ ਹਾਂ, ਸਾਡੇ ਲਈ ਬੜਾ ਕੰਫਰਟੇਬਲ ਹੈ। ਬਾਜ਼ ਨੌਜਵਾਨ ਆਉਂਦੇ ਨੇ, ਬੱਚੇ ਆਉਂਦੇ ਨੇ, ਹੁਣ ਉਹਦਾ ਤਾਂ ਮਾਇੰਡ 'ਚ ਹੋਏਗਾ ਨਾ ਕਿ ਬੜੀ ਕੋਈ ਹਾਈ ਫਾਈ ਹੋਏਗੀ, ਉਹ ਆਉਂਦੇ ਇਹ ਮੁਕਮਦੀਨ, ਕਹਿੰਦੇ ਜੀ ਇਟ ਇਜ਼ ਮੁਕਮਦੀਨ, ਵੀ ਆਰ ਮੁਕਮਦੀਨ। ਮੇਰੇ ਵਾਲਿਦ ਸਾਹਿਬ ਮਰਹੂਮ ਖੁਸ਼ਬਖਤ ਨਕਵੀ ਸਾਹਿਬ ਨੇ ਫਰਮਾਇਆ, ਕਿਸੇ ਨੇ ਕਹਿਣਾ ਸ਼ਾਹ ਜੀ ਬ੍ਰਾਂਚ ਖੋਲ੍ਹ ਲਓ, ਉਹਨਾਂ ਨੇ ਫਰਮਾਉਣਾ ਕਿ ਸ਼ਾਹੀ ਕਿਲੇ ਕਿੰਨੇ ਨੇ, ਅਤੇ ਅਗਲੇ ਨੇ ਕਹਿਣਾ ਜੀ ਇੱਕੋ ਹੀ, ਤੇ ਉਹਨਾਂ ਨੇ ਕਹਿਣਾ ਜੀ ਬਸ ਇਹ ਵੀ ਫਿਰ ਇੱਕੋ ਹੀ।